अमृतसर की मच्छी पूरे देश भर के मशहूर है और खास करके जो लोग अमृतसर आते हैं तो अमृतसर की फिश जरूर खाते हैं। तो अज असी तुहानू एक ऐसी दुकान पर लैके आए हैं जिथे कि लोग अमृतसर तो नहीं बल्कि होर शहरों तो आके भी इस दुकान पर मच्छी का आनंद लेंदे ने। मच्छी की दुकान शहर च नहीं बल्कि हल्का राजा सांसी च है जो कि एक पेंडू खेत्र पैंदा है। तो तुम वेख सकते हो कि किस तरीके इसकी जी तैयारी की जाती है। तो तस्वीर असी तुहानू सांझियां कर रहे हैं कि इत्थे जी है फिश टिक्का तैयार किया जाता है और उस दे नाल नाल फ्राई फिश तैयार की जाती है। तो ये अज असी गलबात करांगे सर की है जी, इहनू बड़े अच्छे तरीके नाल सजाया गया है, की चीज़ों च लगाईया गई ने? ਇਹਦੇ ਵਿੱਚ ਜੀ ਅਸੀਂ ਦਹੀਂ ਦਾ ਪਾਣੀ ਦਹੀਂ ਦਾ ਕੱਢ ਕੇ ਨਾ ਪਾਣੀ ਦਹੀਂ ਯੂਜ਼ ਕੀਤਾ ਵਾ। ਜਿਹੜੇ ਮਸਾਲੇ ਸੀ ਆਪ ਆਪਣੇ ਤਿਆਰ ਕਰਦੇ ਆ ਉਹ ਪਾਏ ਆ, ਪੀਸੀ ਮਿਰਚ ਪਾਈ ਹੋਈ ਆ, ਲਸਣ ਦੀ ਪੇਸਟ ਪਾਈ ਹੋਈ ਆ, ਇਹ ਟਿੱਕਾ ਜੀ ਫਿਸ਼ ਟਿੱਕਾ ਜੀ, ਕੁਝ ਸਾਰੇ ਮਸਾਲੇ ਆਪਣੇ ਤਿਆਰ ਕੀਤੇ ਹੁੰਦੇ ਸੀ। ਟਿੱਕਾ ਜੀ ਸਾਰਾ ਫਿਸ਼ ਟਿੱਕਾ? ਹਾਂਜੀ। ਤੈਨੂੰ ਫਿਰ ਤਿਆਰ ਕਿਵੇਂ ਕਰਦੇ ਹੋ ਜੀ? ਤੰਦੂਰ ਚ ਲਾਈਦਾ ਜੀ ਇਹਨੂੰ। ਤੁਸੀਂ ਦੇਖੋ ਤੰਦੂਰ ਚ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਤੇ ਇਹ ਭਾਜੀ ਫਿਰ ਸਪੈਸ਼ਲ ਡਿਸ਼ ਹੈ ਜੀ ਆਪਣਾ, ਜਿਹੜੀ ਤਿਆਰੀ ਆ ਉਹ ਹੀ ਸਪੈਸ਼ਲ ਹੈ? ਹਾਂਜੀ, ਇਹਨੂੰ ਪਹਿਲਾਂ ਮੈਰੀਨੇਟ ਕਰਨਾ ਪੈਂਦਾ ਨਾ, ਜਾਂ ਕਿ ਮਸਾਲਾ ਚੰਗੀ ਤਰ੍ਹਾਂ ਰਚ ਜਾਵੇ ਦੇ ਵਿੱਚ। ਤਾਂ ਇਹਨੂੰ ਪਹਿਲਾਂ ਮੈਰੀਨੇਟ ਕੀਤਾ ਤੇ ਸਾਡੀ ਫਿਸ਼ ਟਿੱਕਾ ਤੇ ਫਿਸ਼ ਫਰਾਈ ਦੋਨੇ ਵਧੀਆ ਨੇ, ਦੋਨੇ ਵਧੀਆ। ਫਿਸ਼ ਟਿੱਕੇ ਦਾ ਤੁਹਾਨੂੰ ਦਿਖਾ ਰਹੇ ਹਾਂ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਤਾਂ ਉਸਦੀ ਕਲਰ ਆਪਣੇ ਆਪ ਹੀ ਬਿਆਨ ਕਰਦਾ ਹੈ ਕਿ ਇਹ ਚੀਜ਼ ਕਿੰਨੀ ਸਵਾਦ ਹੋਏਗੀ। ਤਾਂ ਸਰ ਕਾਰਨ ਕੀ ਹੈ ਕਿ ਹੋਰ ਬਹੁਤ ਸਾਰੀਆਂ ਮੱਛੀ ਦੀ ਦੁਕਾਨਾਂ ਨੇ ਪਰ ਲੋਕ ਜਿਹੜੇ ਨੇ ਤੁਹਾਨੂੰ ਕਿਉਂ ਪ੍ਰੈਫਰ ਕਰਦੇ ਨੇ? ਅਸੀਂ ਫਰੈਸ਼ ਮੱਛੀ ਯੂਜ਼ ਕਰਦੇ ਹਾਂ ਜੀ, ਬਿਲਕੁਲ ਜੀ, ਜਿਹੜੀ ਮੱਛੀ ਆ ਅਸੀਂ ਬਿਲਕੁਲ ਫਰੈਸ਼ ਯੂਜ਼ ਕਰਦੇ। ਇੱਕ ਜਿਹੜੀ ਫਿਸ਼ ਆ ਉਹ ਸਾਡੀ ਫਿਸ਼ ਵਿੱਚ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਕਿਸੇ ਨੂੰ ਦੱਸਣਾ ਕੁਝ ਤੇ ਦੇਣਾ ਕੁਝ। ਜੇ ਅਸੀਂ ਸੌਲ ਤੇ ਸੌਲ ਹੀ ਯੂਜ਼ ਕਰਨੀ ਆ ਤੇ ਸੰਘਾੜਾ ਸੰਘਾੜਾ ਯੂਜ਼ ਕਰਨਾ ਜੀ। ਦੇਖੋ ਕਿ ਗੱਲਬਾਤ ਜਾਰੀ ਰੱਖਾਂਗੇ। ਮਤਲਬ ਮੇਨ ਪਰਚੇਸ ਦੇ ਉੱਤੇ ਹੁੰਦਾ, ਲੋਕੀ ਕਈ ਵਾਰ ਦੇਖਦੇ ਕਿ ਬਾਸੀ ਫਿਸ਼ ਜਿਹੜੀ ਸਾਹਮਣੇ ਆਉਂਦੀ ਹੈ? ਨਹੀਂ, ਅਸੀਂ ਖੁਦ ਜਾ ਕੇ ਪਰਚੇਸ ਕਰਦੇ ਹਾਂ। ਅਸੀਂ 2 ਦਿਨ ਤੋਂ ਉੱਪਰ ਤੋਂ ਜ਼ਿਆਦਾ ਮੱਛੀ ਪਰਚੇਸ ਨਹੀਂ ਕਰਦੇ। ਅਸੀਂ 2 ਦਿਨ ਦੀ ਮੱਛੀ ਪਰਚੇਸ ਕਰਨੀ ਬਸ, ਉਸ ਤੋਂ ਉੱਪਰ ਪਰਚੇਸ ਨਹੀਂ ਕਰਦੇ। ਅਸੀਂ ਆਪ ਜਾ ਕੇ ਮੱਛੀ ਖਰੀਦ ਲਿਆਉਂਦੇ ਹਾਂ। ਅੱਛਾ, ਮੱਛੀ ਖੁਦ ਦਾ। ਤਾਂ ਕਿਹੜੇ ਕਿਹੜੇ ਇਲਾਕੇ ਦੀ ਮੱਛੀ ਤੁਸੀਂ ਖਵਾਉਂਦੇ ਜੀ ਜ਼ਿਆਦਾਤਰ? ਇਲਾਕਾ ਜਿਸ ਕੋ ਕੋਈ ਵੀ ਮਤਲਬ ਹੁੰਦਾ ਕਿ ਫਿਸ਼ ਜਿਹੜੀ ਇਹਨੂੰ ਤੇੜੀ ਤਾਜ਼ੀ ਮਿਲੇ ਨਾ, ਜਿੱਥੋਂ ਮਰਜ਼ੀ ਆਈ ਹੋਵੇ ਫਰੈਸ਼ ਵਿੱਚ, ਹਾਂ ਅਸੀਂ ਉਹ ਤਾਜ਼ੀ ਮੱਛੀ ਲੈਣੀ, ਚਾਹੇ ਮਹਿੰਗੀ ਮਿਲੇ ਮਾ ਥੋੜ੍ਹੀ, ਤਾਜ਼ੀ ਮੱਛੀ ਲੈਣੀ ਅਸੀਂ। ਦੂਸਰੇ ਪਾਸੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਫਰਾਈ ਫਿਸ਼ ਜਿਹੜੀ ਹੈ ਉਸ ਦਾ ਕੀ ਰੀਜ਼ਨ ਹੈ। ਤਾਂ ਤੁਸੀਂ ਦੇਖੋ ਕਿ ਇਹ ਮੱਛੀ ਕਿਹੜੀ ਹੈ ਭਾਜੀ? ਇਹ ਸੰਘਾੜਾ ਹੈ ਜੀ, ਸੰਘਾੜਾ। ਸੰਘਾੜਾ, ਹਾਂਜੀ। ਇਹਨੂੰ ਮੈਰੀਨੇਟ ਕੀਤਾ ਜੀ, ਦੇਖੋ ਇਹਨੂੰ ਬੇਸਣ ਲਾ ਕੇ ਹਾਫ ਡਨ ਕੀਤਾ ਆਲਰੇਡੀ, ਵਿੱਚ ਮਸਾਲੇ ਜਿਹੜੇ ਅਸੀਂ ਆਪਣੇ ਪਾਏ ਆ ਇਹਨੂੰ ਹਾਫ ਡਨ ਕੀਤਾ। ਜਦੋਂ ਕਸਟਮਰ ਦਾ ਆਰਡਰ ਆਉਂਦਾ ਫਿਰ ਇਹਨੂੰ ਫੁੱਲ ਫਰਾਈ ਕਰ ਦਈਦਾ। ਫੁੱਲ ਫਰਾਈ ਕਰ ਦਈਦਾ। ਤਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਫੁੱਲ ਫਰਾਈ ਕਰਕੇ ਫਿਸ਼ ਜਿਹੜੀ ਹੈ ਅੰਮ੍ਰਿਤਸਰੀ ਮੱਛੀ ਜਿਹੜੀ ਹੈ ਜਾਣੀ ਜਾਂਦੀ ਹੈ। ਲੇਕਿਨ ਅਕਸਰ ਤੁਸੀਂ ਲੋਕ ਬਹੁਤ ਸਾਰੇ ਹੋਰਾਂ ਦੁਕਾਨਾਂ ਦੀ ਗੱਲ ਕਰਦੇ, ਲੇਕਿਨ ਅੱਜ ਅਸੀਂ ਤੁਹਾਨੂੰ ਦਿਖਾਉਣ ਆਏ ਹਾਂ ਅੰਮ੍ਰਿਤਸਰ ਜਗੀਰ ਫਿਸ਼ ਕਾਰਨਰ, ਜੋ ਕਿ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਹੈ। ਤਾਂ ਭਾਜੀ ਇਹ ਮਤਲਬ ਕਿੰਨੀ ਦੇਰ ਤੋਂ ਇਸ ਕਾਰੋਬਾਰ 'ਤੇ ਤੁਸੀਂ ਹੋ? ਇਸ ਕਾਰੋਬਾਰ 'ਚ ਬਹੁਤ ਪੁਰਾਣਾ ਸਾਡਾ ਕਾਰੋਬਾਰ ਜੀ, ਲਗਭਗ 60-65 ਸਾਲ ਹੋ ਗਿਆ ਜੀ। ਪਹਿਲਾਂ ਮੇਰੇ ਤਾਇਆ ਜੀ ਕਰਦੇ ਸੀ, ਉਹਨਾਂ ਦਾ ਨਾਮ ਅਮਰ ਸਿੰਘ ਆ, ਉਹਨਾਂ ਦਾ ਨਾਂ ਦਾ ਬੋਰਡ ਲਗਾਇਆ ਸੀ ਅਤੇ ਉਹਨਾਂ ਦੇ ਨਾਂ ਤੋਂ ਦੁਕਾਨ ਸ਼ੁਰੂ ਕੀਤੀ ਜੀ। ਫਿਰ ਫਾਦਰ ਸਾਹਿਬ ਪਹਿਲਾਂ ਢਾਬਾ, ਸਾਡਾ ਢਾਬਾ ਹੁੰਦਾ ਸੀ ਪਹਿਲਾਂ, ਫਿਰ ਹੌਲੀ ਹੌਲੀ ਮੱਛੀ ਦਾ ਕੰਮ ਸ਼ੁਰੂ ਕੀਤਾ ਸਰਦਾਰ ਜਗੀਰ ਸਿੰਘ ਹੋਣਾ ਮੇਰੇ ਫਾਦਰ ਸਾਹਿਬ ਨੇ, ਫਿਰ ਮੱਛੀ ਦੇ ਨਾਂ 'ਤੇ ਬਾਬੇ ਦੀ ਕਿਰਪਾ ਨਾਲ ਹੁਣ ਸਾਰੇ ਜਾਣਦੇ ਜਗੀਰ ਮੱਛੀ ਵਾਲੇ ਨੂੰ, ਜਗੀਰ ਮੱਛੀ ਵਾਲੇ ਸਭ ਜਾਣਦੇ। ਭਾਜੀ ਇੱਕ ਤਾਂ ਤੁਸੀਂ ਰੂਰਲ ਬੈਲਟ 'ਚੋਂ, ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ 'ਚ ਮੱਛੀ ਦਾ ਟ੍ਰੈਂਡ ਬਹੁਤ ਜ਼ਿਆਦਾ ਹੁੰਦਾ, ਪਰ ਲੋਕ ਤੁਹਾਡੇ ਕੋਲ ਕਿੱਥੋਂ ਖਾਣ ਆਉਂਦੇ? ਸਾਡੇ ਕੋਲ ਜਲੰਧਰ ਤੱਕ ਮੱਛੀ ਖਾਣ ਲਾਉਂਦੇ ਲੋਕ, ਕਨੇਡਾ ਅਮਰੀਕਾ ਤੱਕ ਸਾਡੇ ਲੋਕ ਸਾਨੂੰ ਫੋਨ ਕਰਦੇ ਕਿ ਭਾਜੀ ਅਸੀਂ ਆ ਰਹੇ ਹਾਂ ਏਅਰਪੋਰਟ 'ਤੇ ਅਤੇ ਤੁਹਾਡੀ ਮੱਛੀ ਖਾ ਕੇ ਜਾਣੀ ਹੈ। ਜਦੋਂ ਹੁਣ ਤਾਂ ਪਹਿਲਾਂ ਫਲਾਣੇ ਦਿਨ ਆਉਣਾ ਜੀ, ਤਾਂ ਮੱਛੀ ਸਾਨੂੰ ਮਿਲਣੀ ਚਾਹੀਦੀ ਹੈ, ਮਿਲੂਗੀ ਜੀ ਬਿਲਕੁਲ। ਮੱਛੀ ਦੀ ਕੁਝ ਹੋਰ ਵੀ ਕੁਝ ਕੁਆਲਿਟੀਜ਼ ਕਾ, ਸਿਰਫ ਮੱਛੀ ਦੇ ਉੱਤੇ ਡਿਪੈਂਡ ਕਰਦਾ ਕਿ ਉਹਨੂੰ ਬਣਾਵਟ ਜਾਂ ਤਰੀਕਾ ਵੀ ਉਹਦਾ ਅਲੱਗ ਅਲੱਗ? ਤਰੀਕਾ ਵੀ ਹੁੰਦਾ ਜੀ, ਅਸੀਂ ਦੇਖੋ ਜਿਹੜਾ ਲੋਕ ਜ਼ਿਆਦਾਤਰ ਜਿਹੜੀ ਮੱਛੀ ਬਣਾਉਂਦੇ ਆ ਰਿਫਾਈਨਡ 'ਚ ਯੂਜ਼ ਕਰਦੇ, ਰਿਫਾਈਨ ਫਰਾਈ ਦੇ ਲਈ ਅਸੀਂ ਲਕਸ਼ਮੀ ਦਾ ਪਿਓਰ ਤੇਲ ਜਿਹੜਾ ਨਾ ਲਕਸ਼ਮੀ ਦਾ ਉਹ ਯੂਜ਼ ਕਰਦੇ ਹਾਂ। ਜਿਹੜੀ ਇਸ ਵੇਲੇ ਫਰਾਈ ਕੀਤੀ ਜਾ ਰਹੀ ਹੈ ਮੱਛੀ, ਹਾਂਜੀ ਲਕਸ਼ਮੀ ਦਾ ਤੇਲ ਜੀ, ਬਿਲਕੁਲ ਲਕਸ਼ਮੀ ਦਾ। ਵਨ ਟਾਈਮ ਯੂਜ਼ ਹੁੰਦਾ ਕਿ ਕਿਸ ਟਾਈਮ? ਵਨ ਟਾਈਮ, ਡੇਲੀ ਇਹਨੂੰ ਚੇਂਜ ਕਰਨਾ ਤੇਲ ਡੇਲੀ। ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਜਿਹੜੀ ਇਹ ਸਰ ਰੈਡੀ ਫਿਸ਼ ਹੈ ਜੀ? ਨਹੀਂ, ਇਹਨੂੰ ਦੁਬਾਰਾ ਫਿਰ ਇੱਕ ਵਾਰੀ ਕਰੇਗਾ ਜੀ। ਇਹ ਦੁਬਾਰਾ ਕਰਨ ਦਾ ਕੀ ਮਕਸਦ? ਇਹ ਜੋ ਹਵਾ ਲਵਾ ਕੇ ਬਾਹਰ ਉਹ ਮਤਲਬ ਮੱਛੀ ਰੱਖਦੇ ਜਦੋਂ ਤੇ ਥੋੜ੍ਹੀ ਉਹ ਕਰੰਚੀ ਬਣਦੀ ਹੈ ਮੱਛੀ। ਇੱਕ ਤੁਹਾਡੀ ਮੱਛੀ ਬਾਰੇ ਬੜੀ ਖਾਸੀਅਤ ਹੈ, ਕਹਿੰਦੇ ਕ੍ਰਿਸਪ ਬਹੁਤ ਹੈ। ਹਾਂਜੀ ਹਾਂਜੀ, ਬਸ ਕ੍ਰਿਸਪੀ ਇੱਦਾਂ ਹੀ ਹੈ ਕਿ ਜਦੋਂ ਇਹਨੂੰ ਆਪਾਂ ਆਰਾਮ ਨਾਲ ਸਰੋਂ ਦੇ ਤੇਲ 'ਚ ਬਣਾਵਾਂਗੇ ਪ੍ਰੋਪਰ ਤਾਂ ਕ੍ਰਿਸਪੀ ਬਣਨੀ ਬਣਨੀ ਹੈ ਜੀ, ਠੀਕ ਹੈ ਜੀ। ਜੇ ਅਸੀਂ ਮੱਛੀ ਨੂੰ ਰਿਫਾਈਨ 'ਚ ਬਣਾਵਾਂਗੇ ਕ੍ਰਿਸਪੀ ਨਹੀਂ ਬਣਨੀ। ਤੁਹਾਨੂੰ ਦਿਖਾ ਰਹੇ ਹਾਂ ਕਿ ਫਿਸ਼ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਹੈ। ਤਾਂ ਤੁਸੀਂ ਦੇਖੋ ਕਿ ਜਗੀਰ ਸਿੰਘ ਹਣਾ ਦੀ ਜਿਹੜੀ ਮੱਛੀ ਦੀ ਦੁਕਾਨ ਹੈ, ਤਾਂ ਇਹਨਾਂ ਕੋਲੋਂ ਅਸੀਂ ਲੋਕੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਭਾਅ ਜੀ ਫਿਰ ਆਪਣਾ ਕਿੰਨੇ ਕੁ ਦੇਰ ਤੋਂ ਕਿੰਨੇ ਕੁ ਸਾਲ ਤੋਂ ਤੁਹਾਡਾ ਜਿਹੜਾ ਇਹ ਦੁਕਾਨ ਚੱਲ ਰਹੀ ਹੈ?
दुकान तो उन्होंने बहुत टाइम हो गया जी, मेरे ताया जी मेरे दादा जी टाइम की दुकान है। तीसरी पीढ़ी है? हाँ जी तीसरी पीढ़ी है जी। इस नॉन वेज में? हाँ जी जी जी, पहला ढाबे तो नॉन वेज बचता सी, फिर आह वाला हो गया फ्राई वाला, तीजी पीढ़ी है जी, मैं तीजी पीढ़ी का बंदा। तुम दिखा रहे हैं कि किस तरीके इतने तैयारी की जा रही है, तो वह भी तुम दिखावे किस तरीके जी फिश फ्राई है। तो सर कि मच्छी यूज होंगी ज़्यादातर? असं दो ही मच्छी यूज करते हैं, सोल तो सिंगाड़ा। बस सोल तो सिंगाड़ा जी, रोस्टड फिश है सोल ही बनती है, तो फ्राई च सिंगाड़ा बेस्ट है जी। जी बिल्कुल, तो वो तुम वेखो तो दिखाने कि किस तरीके फिश नूं इत्थे तैयार किया जाता है। तो बकायदा तौर के उत्ते कारीगर ने इत्थे लियाए जाते हैं। तो और सब तो वड्डी गल है इन्हां दी मच्छी की खूबी है कि लोग जिहड़े दूरों दूरों आते हैं, उत्थों तक ने कहा कि कैनेडा अमेरिका तो भी जो लोग आते हैं तो आंदिया सार ही सब तो पहला कहते कि असी फिश इत्थों दी खानी है। तो तस्वीर तुहानूं असी सांझी कर रहे हैं किस तरीके इत्थे मच्छी जिहड़ी तैयार की जाती है। फिश बिल्कुल तैयार हो चुकी है, तो इस फिश नूं जिहड़ा है ये भाजी सिंगाड़ा सी? सिंगाड़ा जी, सिंगाड़ा जी जी। काफ़ी कलर बड़ा फाइन जहाँ आता, लेकिन लोगों की मच्छी देखते हैं बड़ी काली जी होंगी है सड़ जी। एक्चुअली पता की है, लोग ना बेसन में कलर पाते हैं, असं प्रॉपर बेसन यूज करते हैं, और बेसन भी किसान का। किसान का? हाँ जी। हल्की क्वालिटी का बेसन? कोई हल्की क्वालिटी का बेसन नहीं, कोई हल्की क्वालिटी का तेल नहीं यूज करना, तो कलर अपने आप चंगा चीज चीज़ चंकी यूज करोगे अपने आप कलर आएगा। कलर आएगा? हाँ। कलर नैचुरल कलर है? नैचुरल, बिल्कुल नैचुरल कलर, इस कोई कलर यूज नहीं किया। बिल्कुल वेखो कि जी है ये जरा नैचुरल कलर यूज किए गए हैं, तो उन्हें कहा कि साडा मकसद है तो किस तरीके फिश जी तैयार हुई है। तुम वेखो कि संघाड़ा मच्छी अक्सर सर्दियों लोग अमृतसर खास तौर पर इसके शौकीन होंगे ने, तो अज असी तुम दिखा रहे हैं कि किस तरीके इसको तैयार किया गया है। तो इस तो अलावा जी है होर भी एक जी है वो तैयार है, एक मिनट तुम दिखावे। तो जी तंदूरी फिश सी तो वो भी रेडी हो चुकी है, तो भाई साहब ना गलबात जारी रखा भाजी। ये की है जी? वाह क्या बात है जी, अजय रंग बदल गया था, जो पहले तुम किया रंग होर से हूँ बदल गया। हाँ थोड़ा सेक लग गया ना, ब्राउन हो गई हूँ, थोड़ी ब्राउन हो गई, पक गई है ना, पहले कच्ची सी वो सारी। ओके हाँ, तो तुम वेखो कि किस तरीके इन वालों जो तैयार किया गया। तो सर ये फिर कटिंग किस तरह करते हो? कटिंग जो सवेरे असी मच्छी लियानी है, इनू पहले नमक लगा के रखना पैंता जी, तो उस तो बाद दो तीन घंटे बाद फिर अभी पीसिस कर लेने, तो जो सा मसाले अभी आप तैयार करते हैं उन्होंने मैरीनेट कर लेना। मसाले भी अपने तैयार करते हैं? हाँ जी हाँ जी। देखो मसाले भी इन्होंने तैयार किए जाते हैं, तो तुम बकायदा तौर पर सर आप जरा इस मैनेज करते हैं, तो अमृतसरी मच्छी खाने के शौकीन हो तो भाई साहब अपनी लोकेशन जरा दस दौ एक प्रॉपर लोकेशन, क्योंकि किसी अच्छा रोड बन रही है तो लोग कहते हैं। साड़ी लोकेशन जी देखो राजा सांसी नवा अड्डा करके आ, एयरपोर्ट तो तुम जो अगे आओगे ना पहला अड्डा राजा सांसी नवा अड्डा ही आएगा। दिखा दें एयरपोर्ट तो अगर जो तुम आते हो तो पहला नवा अड्डा जरा जो वेखोगे तो नवे अड्डे तो बिल्कुल सामने जरा है। तुम वेखो कि शाम का समा है तो लोग आने शुरू हो गए, तो जगीर फिश कॉर्नर जो है इस दुकान के उत्ते अगर तुम स्पेशल मच्छी पिछले 50 साल तो लगातार इसको तैयार कर रहे हैं अगर खाना चाहते हो तो एक बार जरूर मच्छी का आनंद लवो, क्योंकि अजकल सर्दियों के दिन ने तो लोग अक्सर खाते हैं, तो उन्होंने कहना कि लोग साढ़े को देशों विदेशों तो जो एयरपोर्ट पर उतरते हैं तो बकायदा तौर पर फोन करते हैं, तो तुम दस्या कि किस तरीके के नाल एक साफ सुथरी फिश जी है उन्होंने वालों इतने तैयार की जाती है। कैमरामैन अजय सुमित खन्ना ग्रेट पंजाब टीवी अमृतसर।